ਕੱਲ ਡਾਕਟਰ ਬੌਨੀ ਹੈਨਰੀ ਨੇ ਜੋ ਬੀਸੀ ਵਾਸਤੇ ਲੇਟੈਸਟ ਮਾਡਲਿੰਗ ਨੰਬਰਸ ਜਾਰੀ ਕੀਤੇ ਨੇ ਉਸ ਦੇ ਵਿੱਚ ਕਿਹੜੀ ਕਿਹੜੀ ਜਾਣਕਾਰੀ ਹੈ ਜਿਹਦੇ ਉੱਪਰ ਧਿਆਨ ਦੇਣਾ ਬਣਦਾ ਵੈਸੇ ਸਾਰੀ ਜਾਣਕਾਰੀ ਬੜੀ ਇੰਪੋਰਟੈਂਟ ਆ ਅਸੋ ਉਹਦੇ ਵਿੱਚ ਹੁਣੇ ਦੱਸਿਆ ਗਿਆ ਕਿ ਜਿਵੇਂ ਤੁਸੀਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਫੇਜ਼ 2 ਜਦੋਂ ਮਈ ਦੇ ਵਿੱਚ ਲਾਂਚ ਕੀਤਾ ਗਿਆ ਉਸ ਤੋਂ ਬਾਅਦ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜਾ ਲੋਕਾਂ ਦਾ ਆਪਸੀ ਇੰਟਰੈਕਸ਼ਨ ਹੈਗਾ ਮੇਲਜੋਲ ਉਹ ਨਾਰਮਲ ਦੇ ਪਦਰਤੋਂ ਜੇ ਪ੍ਰੀ ਪੈਂਡੈਮਿਕ ਨਾਲ ਹੁਣ ਕੰਪੇਅਰ ਕਰੀਏ ਤੇ ਅਪਰੋਕਸੀਮੇਟਲੀ 65% ਲੈਵਲ ਤੇ ਆ ਚੁੱਕਾ ਤੇ ਜੇ 65% ਤੋਂ ਹੁਣੇ ਉੱਪਰ ਜਾਂਦਾ ਤਾਂ ਫਿਰ ਕੇਸਿਸ ਦੇ ਵਿੱਚ ਬਹੁਤ ਵੱਡਾ ਵਾਧਾ ਹੋ ਸਕਦਾ ਬਿਲਕੁਲ ਵਿਜੇ ਜਦੋਂ ਵਿਜੇ ਸਾਰੇ ਸਾਡੇ ਸਰੋਤਿਆਂ ਨੂੰ ਵੀ ਯਾਦ ਹੀ ਹੋਣਾ ਕਿ ਪਹਿਲੀ ਵਾਰ ਮਾਡਲਿੰਗ ਫਿਗਰਸ ਜਾਰੀ ਕੀਤੇ ਗਏ ਸੀ ਉਦੋਂ ਦੱਸਿਆ ਗਿਆ ਸੀ ਉਦੋਂ ਪੀਕ ਚੱਲ ਰਹੀ ਸੀ ਕੋਵਿਡ 19 ਦੀ ਉਦੋਂ ਸਭ ਤੋਂ ਜ਼ਿਆਦਾ ਗੰਭੀਰ ਸਿਚੁਏਸ਼ਨ ਸੀਗੀ ਤੇ ਉਸ ਵੇਲੇ ਜਿਹੜਾ ਸਮਾਜਿਕ ਮੇਲ ਮਲਾਪ ਸੀ ਉਹ ਨਾਰਮਲ ਤੋਂ 30% ਦੇ ਲੈਵਲ ਤੇ ਸੀ கரੈਕਟ 30% ਤੇ ਉਦੋਂ ਵੀ ਇਹੀ ਕਿਹਾ ਗਿਆ ਸੀ ਮਾਡਲਿੰਗ ਫਿਗਰਸ ਦੇ ਵਿੱਚ ਕਿ 30% ਦੀ ਤੱਕ ਹੀ ਇਹਨੂੰ ਰੱਖੋ ਮੈਕਸਿਮਮ 40 ਤੱਕ ਚਲੇ ਜਾਓ ਜੇ ਉਸ ਤੋਂ ਉੱਪਰ ਗਿਆ ਤੇ ਖਤਰਾ ਹੋ ਸਕਦਾ ਫਿਰ ਉਸ ਤੋਂ ਬਾਅਦ 4 ਜੂਨ ਨੂੰ ਜਿਹੜੇ ਮਾਡਲਿੰਗ ਫਿਗਰਸ ਜਾਰੀ ਕੀਤੇ ਗਏ ਉਦੋਂ ਦੱਸਿਆ ਗਿਆ ਕਿ 50% ਦੀ ਸੋਸ਼ਲ ਇੰਟਰੈਕਸ਼ਨ ਹੋ ਰਹੀ ਹੈ ਫਿਰ ਸਮਾਜਿਕ ਮੇਲ ਮਲਾਪ ਹੈ ਤੇ ਹੁਣ ਜਿਹੜੇ ਕੱਲ ਅੰਕੜੇ ਜਾਰੀ ਕੀਤੇ ਗਏ ਉਹਨਾਂ ਵਿੱਚ ਦੱਸਿਆ ਗਿਆ ਕਿ 65% ਦੀ ਤੱਕ ਸਮਾਜਿਕ ਮੇਲ ਮਲਾਪ ਪਹੁੰਚ ਗਿਆ ਜੀ ਇਹਦੇ ਵਿੱਚ ਵਿਜੇ ਨਾਲ ਹੀ ਬੌਨੀ ਹੈਨਰੀ ਨੇ ਇਹ ਕਹਿ ਦਿੱਤਾ ਡਾਕਟਰ ਬੌਨੀ ਹੈਨਰੀ ਨੇ ਕਿ this is the balance ਇਹ ਕਹਿੰਦੇ ਜੇ 65% ਦੀ ਤੱਕ ਹੀ ਰਹਾ ਤਾਂ ਠੀਕ ਆ ਕਹਿੰਦੇ ਫਿਰ ਆਪਾਂ ਬਹੁਤ ਕਹਿੰਦੇ ਸਹੀ ਸਿਚੁਏਸ਼ਨ ਦੇ ਵਿੱਚ ਹੈਗੇ ਆ ਉਹਨਾਂ ਨੇ ਕਿਹਾ ਕਿ this is the point ਜਿੱਥੇ ਮੈਂ ਬਹੁਤ ਨਰਵਸ ਫੀਲ ਕਰਦੀ ਆ ਕਿਉਂਕਿ ਜੇ ਇਤੋਂ ਵਾਅਦਾ ਹੋਇਆ ਜੇ ਇਤੋਂ ਅੱਗੇ ਗੱਲ ਜਾਂਦੀ ਹੈ ਮੇਲਜੋਲ ਵਾਅਦਾ ਤਾਂ ਉਹਦੇ ਨਾਲ ਕੇਸਿਸ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਣਾ ਜਿਹੜੇ ਅਲੱਗ-ਅਲੱਗ ਗ੍ਰਾਫਸ ਉਹਨਾਂ ਨੇ ਦਰਸਾਏ ਸੀ ਨਾ ਜਿਹਦੇ ਵਿੱਚ ਚਾਰ ਸਿਨੈਰੀਓਜ਼ ਕੱਢੇ ਗਏ ਸੀ ਕਿ ਜੇ ਹੈਗਾ ਤੁਹਾਡਾ 50% ਨਾਰਮਲ ਦੇ 50% ਦਾ ਕੰਟੈਕਟ ਜਾਂ ਨਾਰਮਲ ਦੇ ਮੁਤਾਬਕ 60% ਦਾ ਕੰਟੈਕਟ ਫਿਰ ਜੇ ਵਧ ਕੇ ਉਹ 70% ਹੋ ਜਾਂਦਾ ਤਾਂ ਕੇਸਿਸ 'ਚ ਵਾਧਾ ਹੋਣਾ ਜੇ ਇਹ ਕੰਟੈਕਟ ਨਾਰਮਲ ਦਾ 80% ਤੱਕ ਪਹੁੰਚ ਜਾਂਦਾ ਫਿਰ ਕੇਸਿਸ ਦੇ ਵਿੱਚ ਔਖਾਵਾਦਾ ਹੋਣਾ ਯੈਸ ਉਹਨਾਂ ਨੇ ਕਿਹਾ ਕਿ ਜਿਹੜੇ ਹੁਣ ਸਿੰਗਲ ਡਿਜੀਟ ਦੇ ਵਿੱਚ ਨੰਬਰ ਆ ਰਹੇ ਨੇ ਕਿ 10 ਕੇ 9 ਕੇਸਿਸ ਵੱਧ ਗਏ 10 ਵੱਧ ਗਏ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਕੱਲ 13 ਨਵੇਂ ਕੇਸਿਸ ਰਿਪੋਰਟ ਹੋਏ ਨੇ ਕਹਿੰਦੇ ਫਿਰ ਜਿਹੜੇ ਰੋਜ਼ ਕੇਸਿਸ ਰਿਪੋਰਟ ਹੁੰਦੇ ਨੇ ਇਹ 30 ਤੋਂ ਵੀ ਵੱਧ ਜਾਣਗੇ ਜੇ 80% ਤੱਕ ਸਮਾਜਿਕ ਮਿਲਮੁਲਾਬ ਵੱਧ ਜਾਂਦਾ ਜਦੋਂ ਮਾਰਚ ਦੇ ਵਿੱਚ ਇਹ ਸਾਰੀ ਪ੍ਰੋਬਲਮ ਸ਼ੁਰੂ ਹੋਈ ਸੀ ਜਦੋਂ ਫਿਰ ਆਹ ਸਟ੍ਰਿਕਟ ਮੀਜਰਜ਼ ਇੰਪਲੀਮੈਂਟ ਕੀਤੇ ਜਾਣੇ ਸ਼ੁਰੂ ਕੀਤੇ ਸੀ ਉਦੋਂ ਜਿਹੜਾ ਇਨਫੈਕਟੇਬਿਲਟੀ ਪੋਟੈਂਸ਼ੀਅਲ ਸੀ ਉਦੋਂ ਇੱਕ ਵਿਅਕਤੀ ਤੋਂ ਲਗਭਗ ਓਵਰ ਦਾ ਕੋਰਸ ਆਫ देयर ਇਨਫੈਕਸ਼ਨ ਆਲਮੋਸਟ 40 ਲੋਕਾਂ ਨੂੰ ਇਨਫੈਕਸ਼ਨ ਹੋ ਰਹੀ ਸੀ ਐਟ ਦੈਟ ਟਾਈਮ ਹੁਣ ਇੱਕ ਵਿਅਕਤੀ ਤੋਂ ਜਿਹੜਾ ਉਹ ਅੰਕੜਾ ਹੈ ਦੈਟ ਇਜ਼ ਅਬਾਊਟ ਉਹ ਕਹਿੰਦੇ ਉਹਦੀ ਰੇਸ਼ੋ 1 ਹੈ ਜਿਹੜਾ ਬੇਸਿਕਲੀ ਆਰ ਨਾਟ ਫਿਗਰ ਉਦੋਂ 3 ਸੀ 3 ਦਾ ਮਤਲਬ ਇਹ ਹੈ ਕਿ ਇੱਕ ਵਿਅਕਤੀ ਤੋਂ ਰਤੀ ਦਿਨ ਕਿੰਨੇ ਵਿਅਕਤੀਆਂ ਨੂੰ ਇਨਫੈਕਸ਼ਨ ਹੋ ਸਕਦੀ ਓਦੋਂ ਸੀ ਇੱਕ ਬੰਦਾ ਇੱਕ ਦਿਹਾੜੀ ਚ ਅਪ ਟੂ ਤਿੰਨ ਲੋਕਾਂ ਨੂੰ ਇਨਫੈਕਸ਼ਨ ਕਰ ਰਿਹਾ ਸੀ ਹੁਣ ਹਦਾਇਤਾਂ ਕਰਕੇ ਰੈਸਟ੍ਰਿਕਸ਼ਨਸ ਕਰਕੇ ਇੱਕ ਵਿਅਕਤੀ ਤੋਂ ਦਿਹਾੜੀ ਦੀ ਇੱਕ ਵਿਅਕਤੀ ਨੂੰ ਇਨਫੈਕਸ਼ਨ ਹੋਣ ਦੀ ਐਵਰੇਜ ਆ ਪਰ ਜੇ ਇਸ ਤੋਂ ਵਧੀ ਤਾਂ ਫੇਰ ਸਾਨੂੰ ਪਤਾ ਹੈ ਕਿ ਕੇਸਿਸ ਦੀ ਗਿਣਤੀ ਵਿੱਚ ਬਹੁਤ ਵੱਡਾ ਵਾਧਾ ਹੋਣਾ ਬਿਲਕੁਲ ਜਿੰਨੇ ਵੀ ਵਿਜੇ ਸਾਰੇ ਮੈਜਰਸ ਇੰਪਲੀਮੈਂਟ ਕੀਤੇ ਗਏ ਆ ਉਹਨਾਂ ਦਾ ਟੀਚਾ ਇਹੀ ਹੈ ਕਿ ਜਿਹੜਾ ਇਹ ਆਰ ਨਾਟ ਫਿਗਰ ਹੈ ਇਹਨੂੰ ਅੰਡਰ ਵਨ ਕੀਤਾ ਜਾਵੇ ਜੀ ਜੇ ਜੇਕਰ ਇਹ ਫਿਗਰ ਅੰਡਰ 1 ਰਹਿੰਦਾ ਹੈ ਇਹਦਾ ਮਤਲਬ ਜਿਹੜੇ ਸਾਰੇ ਮੈਜਰਸ ਲਗਾਏ ਗਏ ਨੇ ਉਹ ਕਾਰਗਰ ਸਾਬਤ ਹੋ ਰਹੇ ਨੇ ਤੇ ਇੱਕ ਬਹੁਤ ਅਹਿਮ ਗੱਲ ਕੀਤੀ ਗਈ ਕੰਟੈਕਟ ਟ੍ਰੇਸਿੰਗ ਬਾਰੇ ਹਾਂ ਉਹਨੇ a very important element ਕਿਉਂਕਿ ਦੇਖੋ ਹੁਣ ਸਾਰੀ ਦੀ ਸਾਰੀ ਗੱਲ ਦੇ ਵਿੱਚ ਗੱਲ ਤੇ ਇਹੋ ਹੈ ਨਾ ਕਿ ਜਦੋਂ ਤੁਸੀਂ ਕੇਸ ਆਈਡੈਂਟੀਫਾਈ ਕਰ ਲਿਆ ਹੁਣ ਉਹ ਬੰਦਾ ਤੇ ਆਲਰੇਡੀ ਕਿਸੇ ਨਾ ਕਿਸੇ ਦੇ ਕੰਟੈਕਟ ਦੇ ਵਿੱਚ ਬੀਤੇ ਦਿਨਾਂ ਚ ਆਇਆ ਹੋਵੇਗਾ ਹੁਣ ਉਹਨਾਂ ਨੂੰ ਕਿਵੇਂ ਟ੍ਰੇਸ ਕਰਨਾ ਐਗਜ਼ੈਕਟਲੀ ਤੇ ਡਾਕਟਰ ਹੈਨਰੀ ਨੇ ਦੱਸਿਆ ਕਿ ਬੀਸੀ ਦੇ ਵਿੱਚ 97 ਟੂ 99% ਆਫ ਦਾ ਕੰਟੈਕਟਸ ਉਹਨਾਂ ਨੂੰ 48 ਘੰਟਿਆਂ ਦੇ ਅੰਦਰ ਅੰਦਰ ਹੀ ਟ੍ਰੇਸ ਕੀਤਾ ਜਾ ਰਿਹਾ ਜੋ ਕਿ ਇੱਕ ਬਹੁਤ ਹੀ ਆਈ ਵੁੱਡ ਸੇ ਇਹਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ ਇਸ ਗੱਲ ਤੇ ਕਿ 99% ਕੰਟੈਕਟਸ ਨੂੰ ਵਿਦਨ 48 ਆਵਰਸ ਉ ਟ੍ਰੇਸ ਕਰ ਰਹੇ ਨੇ ਟ੍ਰੇਸ ਕਰਨਾ ਬਹੁਤ ਮਤਲਬ ਇਹਨਾਂ ਸੌਖਾ ਨਹੀਂ اسپੈਸ਼ਲੀ ਜਦੋਂ ਅਜੇ ਕਿਸੇ ਟੈਕਨੋਲੋਜੀ ਦਾ ਸਹਾਰਾ ਨਹੀਂ ਲਿਆ ਜਾ ਰਿਹਾ ਯੈਸ ਐਗਜ਼ੈਕਟਲੀ ਹਲੇ ਜਿਹੜੀ ਐਪ ਹੈ ਜਿਹੜੀ ਨੈਸ਼ਨਲ ਲੈਵਲ ਤੇ ਲਾਂਚ ਹੋਣੀ ਹੈ ਉਤੇ ਜੁਲਾਈ ਦੇ ਫਰਸਟ ਵੀਕ ਚ ਆਉਣੀ ਆ। ਅਜੇ ਟੈਸਟਿੰਗ ਹੀ ਚੱਲ ਰਹੀ ਆ। ਹਲੇ ਟੈਸਟਿੰਗ ਟੈਸਟਿੰਗ ਚੱਲਦੀ ਆ ਉਹਦੀ ਤੇ ਅਸੀਂ ਕਈ ਹਫ਼ਤੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਕਿ BC ਨੇ ਕੰਟੈਕਟ ਰੇਸਿੰਗ ਵਾਸਤੇ 5500 ਮੁਲਾਜ਼ਮ ਨਹੀਂ ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਜਦੋਂ ਕੋਈ ਕੇਸ ਆਇਆ ਤੁਸੀਂ ਉਸ ਵਿਅਕਤੀ ਦੀ ਇੰਟਰਵਿਊ ਕਰਕੇ ਉਹਨੂੰ ਪਤਾ ਕਰੋ ਦੇਖੋ ਕਿ ਉਹਦੇ ਦਾਇਰੇ ਦੇ ਵਿੱਚ ਪਿਛਲੇ 14 ਦਿਨਾਂ ਚ ਕੌਣ-ਕੌਣ ਆਇਆ ਹੋ ਸਕਦਾ। ਤੇ ਵਿਜੇ ਜਿਹੜੀਆਂ ਪਿਛਲੇ ਕੁਝ ਦਿਨਾਂ ਦੇ ਵਿੱਚ 온ਟਾਰੀਓ ਤੋਂ ਬਹੁਤ ਸਾਰੀਆਂ ਖਬਰਾਂ ਆਈਆਂ ਕਿ ਜਿਹੜੇ ਫੋਰਨ ਟੈਂਪੋਰੀ ਵਰਕਰਸ ਆਉਂਦੇ ਨੇ ਉਹਨਾਂ ਦਾ ਉੱਥੇ ਬਹੁਤ ਜ਼ਿਆਦਾ ਇਨਫੈਕਸ਼ਨਸ ਹੋਈਆਂ ਤੇ ਮੌਤਾਂ ਵੀ ਰਿਪੋਰਟ ਕੀਤੀਆਂ ਗਈਆਂ ਤਿੰਨ ਫੋਰਨ ਵਰਕਰਸ ਦੀ ਮੌਤ ਹੋ ਗਈ ਸੀ ਤੇ ਹੁਣ ਕੱਲ ਡਾਕਟਰ ਹੈਨਰੀ ਨੇ ਦੱਸਿਆ ਕਿ BC ਦੇ ਵਿੱਚ ਵੀ ਓਵਰ ਦ ਕੋਸਟ ਆਫ ਦ ਪੈਂਡੈਮਿਕ 27 ਟੈਂਪੋਰੀ ਫੋਰਨ ਵਰਕਰਸ ਜਿਹੜੇ ਸਗੇ ਉਹਨਾਂ ਨੂੰ ਇਨਫੈਕਸ਼ਨ ਹੋਈ ਹੈ ਕੋਵਿਡ-19 ਦੀ ਹਮ ਸਾਰ ਇਸ ਵਿੱਚ ਨੋ ਪ੍ਰੋਬਲਮ ਤੇ ਪਰ ਉਹਨਾਂ ਨੇ ਕਿਹਾ ਕਿ ਕਿਉਂਕਿ ਇੱਥੇ ਜਿਹੜੇ ਮੈਜਰ ਸਕੇ ਬੋਸ ਸਟ੍ਰਿਕਟਲੀ ਇੰਪਲੀਮੈਂਟ ਕੀਤੇ ਗਏ ਉਹਨਾਂ ਨੂੰ ਕੰਮ ਤੇ ਨਹੀਂ ਜਾਣ ਦਿੱਤਾ ਗਿਆ ਜਿੰਨੀ ਦੇਰ ਤੱਕ ਉਹਨਾਂ ਦੀ ਇਨਫੈਕਸ਼ਨ ਠੀਕ ਨਹੀਂ ਹੋ ਗਈ ਜੀ ਸੋ ਕਹਿੰਦੇ ਕਿ ਇੱਥੇ ਵਿਚਾਰ ਰਿਹਾ ਉਸ ਕਰਕੇ ਜ਼ਿਆਦਾ ਉਹਦੀ ਕੋਈ ਉਹਦਾ ਫਲਾ ਨਹੀਂ ਹੋਇਆ ਇੱਕ ਜਿਹੜੀ ਹੋਰ ਗੱਲ ਇੰਪੋਰਟੈਂਟ ਹੈ ਜਿਹੜੀ ਸਾਂਝੀ ਕੀਤੀ ਗਈ ਉਹ ਕਹਿੰਦੇ ਵੀ ਜਦੋਂ ਦਾ ਹੁਣ ਸੈਕੰਡ ਫੇਜ਼ ਲਾਂਚ ਕੀਤਾ ਆਫਕੋਰਸ ਕੇਸਿਸ ਦੇ ਵਿੱਚ ਅਸੀਂ ਵਾਧਾ ਦੇਖਿਆ ਹੈ ਕਿਉਂਕਿ ਜਦੋਂ ਤੁਸੀਂ ਉਹ ਕਰਵ ਦੇਖਦੇ ਹੋ ਕਿ ਮਈ ਮਿਡ ਮੇ ਤੋਂ ਪਹਿਲਾਂ ਉਹ ਕਰਵ ਬੈਂਡ ਹੋਣਾ ਸ਼ੁਰੂ ਹੋ ਗਿਆ ਸੀ ਤੇ ਮਈ ਤੋਂ ਬਾਅਦ ਹਲਕਾ ਜਿਹਾ ਉਹਦੇ ਵਿੱਚ ਵਾਧਾ ਹੋਇਆ ਪਰ ਕਿਹਨ ਦੇ ਵੀ ਹਸਪਟਲਾਈਜੇਸ਼ਨਸ ਨਹੀਂ ਵਧੀਆਂ ਇਹ ਇੱਕ ਪੋਜ਼ਿਟਿਵ ਵਧੀਆ ਸੰਕੇਤ ਆ ਕਿਉਂਕਿ ਜੇ ਲੋਕੀ ਕੋਵਿਡ-19 ਦੇ ਕਾਰਨ ਗ੍ਰਸਤ ਹੋ ਵੀ ਰਹੇ ਨੇ ਤਾਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨਹੀਂ ਹੋਣਾ ਪੈ ਰਿਹਾ ਕਿਉਂਕਿ ਉਹ ਆਪਣੇ ਘਰ ਦੇ ਵਿੱਚ ਹੀ ਰਿਕਵਰ ਕਰ ਰਹੇ ਨੇ ਮੋਸਟ ਆਫ 뎀 ਸੋ ਹਸਪਟਲਾਈਜੇਸ਼ਨਸ ਵਿੱਚ ਵਾਧਾ ਨਾ ਹੋਣਾ ਇਹ ਵੀ ਇੱਕ ਚੰਗਾ ਸੰਕੇਤ ਆ ਪਰ ਹੁਣ ਜਿਹੜਾ ਜੇ ਹੁਣ ਅਜ 3rd ਫੇਜ਼ ਲਾਂਚ ਕੀਤਾ ਜਾਣਾ ਹੁਣ 3rd ਫੇਜ਼ ਦੇ ਵਿੱਚ ਕੀ ਆ ਟਰੈਵਲਿੰਗ ਵਧਣੀ ਆ ਰਿਜ਼ੋਰਟਸ ਖੁੱਲਣੇ ਨੇ ਉਹਦੇ ਵਿੱਚ ਲੋਕਾਂ ਦਾ ਆਪਸੀ ਮੇਲਜੋਲ ਉਹ ਜਿਹੜਾ ਦਾਇਰਾ ਹੈ ਉਹਦੇ ਵਿੱਚ ਜ਼ਰੂਰ ਹੋਰ ਲੋਕੀ ਤੁਹਾਡੇ ਦਾਇਰੇ ਦੇ ਵਿੱਚ ਆਉਣਗੇ ਪਰ ਗੱਲ ਉਹਨਾਂ ਨੇ ਇਹੋ ਕਹੀ ਹੈ ਕਹਿੰਦੇ ਹੁਣ ਹੋਰ ਜ਼ਿਆਦਾ ਚੁੱਕੰਨੇ ਹੋਣ ਦੀ ਲੋੜ ਪੈਣੀ ਹੈ ਮੈਨੂੰ ਇਹੀ ਤਾਂ ਮੈਨੂੰ ਸਮਝ ਨਹੀਂ ਲੱਗਿਆ ਕਿ ਇੱਕ ਪੁਆਇੰਟ ਤੇ ਡਾਕਟਰ ਹੈਨਰੀ ਕੈਰਨ ਨੇ ਕਿ 65% ਜਿਹੜਾ ਹੈ ਦੈਟਸ ਅ ਫਿਗਰ ਦੈਟ ਮੇਕਸ ਅ ਨਰਵਸ ਐਂਡ ਇਟਸ ਆਲਰੇਡੀ ਐਟ ਦੈਟ ਹਾਂ ਆਲਰੇਡੀ ਅਸੀਂ 50% ਦੀ ਮੇਲਬਨਾਪ ਤੇ ਹੈਗੇ ਆ ਤੇ ਜਿਸ ਤੋਂ ਜ਼ਿਆਦਾ ਵਧਿਆ ਤੇ ਉਹਨਾਂ ਨੇ ਕਿਹਾ ਖਤਰਾ ਹੋ ਸਕਦਾ ਨਾਲ ਹੀ ਉਹ ਕਹਿ ਰਹੇ ਨੇ ਕਿ ਵੀ ਆਰ ਕੰਫਰਟੇਬਲੀ ਇਨ ਪੋਜੀਸ਼ਨ ਟੂ ਸਵਿਚ ਟੂ ਫੇਜ਼ 3 ਨਾ ਹੂੰ ਤੇ ਫੇਜ਼ 3 ਦਾ ਅੱਜ ਜਿਵੇਂ ਕਿ ਤੁਸੀਂ ਦੱਸਿਆ ਹੀ ਹੈ ਕਿ ਪੌਣੇ 1 ਵਜੇ ਅੱਜ ਇੱਕ ਪ੍ਰੈਸ ਕਾਨਫਰੈਂਸ ਕੀਤੀ ਜਾਣੀ ਹੈ ਪ੍ਰੀਮੀਅਰ ਵੱਲੋਂ ਤੇ ਉਹਦੇ ਵਿੱਚ ਆਲਮੋਸਟ ਪਤਾ ਹੀ ਹੈ ਕਿ ਉਹਨਾਂ ਨੇ ਫੇਜ਼ 3 ਦਾ ਅਨਾਉਂਸਮੈਂਟ ਕਰ ਦੇਣੀ ਹੈ ਤੇ ਜੇਕਰ ਵਿਜੇ ਹੁਣ ਫੇਜ਼ 3 ਦੇ ਵਿੱਚ ਜਾਂਦੇ ਆ ਮੇਨ ਮਲਾਪਤਾ ਵਧਣੀ ਹੈ ਸੋ ਮੈਂ ਆਈ ਥਿੰਕ ਉਹਨਾਂ ਦਾ ਹੁਣ ਕਹਿਣ ਦਾ ਮਕਸਦ ਇਹ ਹੈ ਕਿ ਇਹਦਾ ਇਹ ਮਤਲਬ ਨਾ ਲੈ ਲਿਆ ਜਾਵੇ ਕਿ ਜੇ ਮੰਨ ਲਓ ਜਦੋਂ ਪਿਛਲੀ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀ ਆਪਣੇ ਆ ਦਾਇਰੇ ਦੇ ਵਿੱਚ ਤੁਸੀਂ ਅਪ ਟੂ 6 ਪੀਪਲ 6 ਲੋਕਾਂ ਨੂੰ ਸ਼ਾਮਲ ਕਰ ਲਓ ਕਿ ਹੁਣ ਇਹ ਨਾ ਹੋਵੇ ਵੀ 6 ਦੀ ਥਾਂ ਤੇ ਹੁਣ 20 25 30 ਜਣੇ ਇਕੱਠੇ ਹੋਣੇ ਸ਼ੁਰੂ ਹੋ ਜਾਣ ਪਰ ਹੁਣ 3rd ਫੇਜ਼ ਜਦੋਂ ਲਾਂਚ ਕੀਤਾ ਜਾਂਦਾ ਅੱਜ ਆਈ ਥਿੰਕ ਦੁਪਹਿਰੇ ਵੇਖਣਾ ਇਹ ਹੋਏਗਾ ਕਿ ਇੱਕ ਤਾਂ ਉਹਦੀ ਟਾਈਮ ਲਾਈਨ ਕੀ ਦਿੱਤੀ ਜਾਂਦੀ ਹੈ ਫਿਰ ਜਿਹੜੀਆਂ ਥਾਵਾਂ ਤੇ ਹੁਣ ਉਹ ਮੇਲਜੋਲ ਦੇ ਵਧਣ ਦੇ ਆਸਾਰ ਹੈਗੇ ਨੇ ਉਹਨਾਂ ਵਾਸਤੇ ਕਿਸ ਤਰ੍ਹਾਂ ਦੇ ਜਿਹੜੀਆਂ ਹਦਾਇਤਾਂ ਨੇ ਇੰਪਲੀਮੈਂਟ ਕੀਤੀਆਂ ਜਾਂਦੀਆਂ ਨੇ ਕਿਉਂਕਿ ਸਭ ਤੋਂ ਵੱਡਾ ਖਤਰਾ ਦੇਖੋ ਦੋ ਥਾਵਾਂ ਤੋਂ ਸੀ ਜਦੋਂ ਸੈਕੰਡ ਫੇਜ਼ ਲਾਂਚ ਕੀਤਾ ਗਿਆ ਇੱਕ ਸੀਗਾ हेयर ਸਲੂਨਸ ਕਿਤੇ ਔਟੋ ਇਨਫੈਕਸ਼ਨਸ ਬਹੁਤ ਜ਼ਿਆਦਾ ਨਵਾਂਦਨ ਦੂਜਾ ਸੀ ਫਿਟਨੈਸ ਕਲੱਬਸ ਤੇ ਜਿਮਸ ਹੁਣ ਉਹ ਦੋਵੇਂ ਜਿਹੜੇ ادارے ਨੇ ਉਹ ਖੁੱਲ ਚੁੱਕੇ ਨੇ ਤੇ ਉਹਨਾਂ ਥਾਵਾਂ ਤੇ ਲੋਕੀ ਜਾ ਰਹੇ ਨੇ ਪਰ ਆਈ ਥਿੰਕ ਜਿਮਸ ਦੇ ਵਿੱਚ ਜਾਣ ਵਾਲਿਆਂ ਦੀ ਗਿਣਤੀ ਕੋਈ ਐਡੀ ਚੋਖੀ ਨਹੀਂ ਪਰ ਉਹ ਜਿਨ੍ਹਾਂ ਜਿਨ੍ਹਾਂ ਫਿਕਰਮੰਦੀ ਸੀਗੀ ਨਾ ਕਿ ਇਹਨਾਂ ਥਾਵਾਂ ਦੇ ਖੁੱਲਣ ਨਾਲ ਕੇਸ ਵੱਧ ਸਕਦੇ ਨੇ ਉਨਾ ਵੱਡਾ ਵਾਅਦਾ ਨਹੀਂ ਹੋਇਆ ਕਿਸੇ ਸਕੂਲ ਤੋਂ ਬਹੁਤ ਜ਼ਿਆਦਾ ਖਤਰਾ ਸੀ ਸਕੂਲ ਤੋਂ ਬਹੁਤ ਖਤਰਾ ਸੀ ਉੱਥੇ ਵੀ ਵਿਚਾਰਿਆ ਪਰਵਾਸੂ ਸਕੂਲਸ ਦੇ ਵਿੱਚੋਂ ਦੇਖੋ ਜੋ ਗੱਲ ਤੇ ਆਈ ਹੈ ਬੀਸੀ ਚੋਂ ਕੱਲ ਡਾਕਟਰ ਬੌਨੀ ਹੈਂਡਰੀ ਨੇ ਸਪੈਸੀਫਿਕਲੀ ਕਿਹਾ ਕਿ ਬੱਚਿਆਂ ਨੂੰ ਇਨਫੈਕਸ਼ਨ ਦਾ ਕੋਈ ਇਨਾ ਖਤਰਾ ਨਹੀਂ ਤੇ ਕਹਿੰਦੇ ਬੱਚੇ ਆਪਸ ਦੇ ਵਿੱਚ ਇਨਫੈਕਸ਼ਨ ਟ੍ਰਾਂਸਮਿਟ ਕਰ ਸਕਦੇ ਨੇ ਪਰ ਉਹਨਾਂ ਦੀ ਇਨਫੈਕਸ਼ਨ ਮਾਈਲ ਰਹਿੰਦੀ ਆ हां ਬੱਚਿਆਂ ਨੂੰ ਜ਼ਿਆਦਾਤਰ ਇਨਫੈਕਸ਼ਨ ਐਡਲਟਸ ਤੋਂ ਪਾਸ ਆਨ ਹੁੰਦੀ ਆ ਇਹ ਕਹਿੰਦੇ ਸਾਡੇ ਅੰਕੜਿਆਂ ਦੇ ਵਿੱਚੋਂ ਸਟੱਡੀ ਦੇ ਵਿੱਚੋਂ ਆਇਆ ਪਰ ਨੈਸ਼ਨਲੀ ਜੋ ਗੱਲ ਹੋ ਰਹੀ ਆ ਜਿਹੜੇ ਨੈਸ਼ਨਲ ਪੱਧਰ ਤੇ ਅੰਕੜੇ ਨਹੀਂ ਜੇ ਤੁਸੀਂ ਸੋਚੋ ਕੋਵਿਡ ਐਂਡ ਕਿਡਜ਼ ਉਹਦੇ ਵਿੱਚ ਕੀ ਸਿਚੁਏਸ਼ਨ ਆ ਉਹ ਆਪਣੇ ਆਪ ਦੇ ਵਿੱਚ ਬੜੇ ਅਲਰਮਿੰਗ ਨੇ ਉਹਦੇ 'ਚ ਇਹ ਆਇਆ ਅਕਰੋਸ ਕੈਨੇਡਾ 20 ਸਾਲ ਦੀ 20 ਸਾਲ ਤੋਂ ਘੱਟ ਉਮਰ ਵਾਲੇ 105 ਅਜਿਹੇ ਵਿਅਕਤੀ ਨੇ ਜਿਹੜੇ ਕੋਵਿਡ 19 ਕਰਕੇ ਹੁਣ ਤੱਕ ਹਸਪੀਟਲਾਈਜ਼ ਹੋਏ ਨੇ ਪਰ ਜੇ ਪਿਛਲੇ ਹਫਤੇ ਵੇਖੋ ਤਾਂ ਜਿੰਨੀਆਂ ਵੀ ਕੈਨੇਡਾ ਦੇ ਵਿੱਚ ਇਨਫੈਕਸ਼ਨਸ ਦਰਜ ਕੀਤੀਆਂ ਗਈਆਂ ਨੇ ਉਹਨਾਂ ਦੇ ਵਿੱਚੋਂ 14% ਇਨਫੈਕਸ਼ਨਸ ਉਹਨਾਂ ਵਿਅਕਤੀਆਂ ਦੇ ਵਿੱਚ ਨੇ ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੈ ਹਮ ਯੈਸ ਹੁਣ ਵਿਜੀ ਤੁਸੀਂ ਇਹ ਵੀ ਗੱਲ ਦੇਖੋ ਕਿ ਆਈ ਥਿੰਕ ਡਾਕਟਰ ਬੌਨੀ ਹੈਨਰੀ ਦਾ ਜਿਹੜਾ ਹੁਣ ਕੱਲ ਦਾ ਜਿੰਨਾ ਵੀ ਮੈਸੇਜ ਹੈ ਹਮ ਉਹਨੂੰ ਇਸ ਤਰ੍ਹਾਂ ਵੇਖਿਆ ਜਾਣਾ ਚਾਹੀਦਾ ਦੋ ਗੱਲਾਂ ਨੇ ਹਮ ਇੱਕ ਉਹ ਕਹਿ ਰਹੇ ਨੇ ਕਿ ਇੰਟਰੈਕਸ਼ਨ ਜਿਹੜੀ ਆਲਰੇਡੀ 65% ਦੀ ਤੇ ਹੈਗੀ ਆ ਯੈਸ ਤੇ ਇਹ ਕਹਿੰਦੇ ਇਸ ਤੋਂ ਜ਼ਿਆਦਾ ਵੱਧੀ ਤਾਂ ਖਤਰਾ ਹੋਣਾ। ਦੂਜੀ ਗੱਲ ਉਹ ਕਹਿ ਰਹੇ ਨੇ ਕਿ ਹੁਣ ਫੇਜ਼ 3 ਦੇ ਵਿੱਚ ਅਸੀਂ ਐਂਟਰ ਕਰ ਜਾਣਾ। ਹੂੰ ਹੂੰ। ਸੋ ਇਹ ਦੋਨੋਂ ਗੱਲਾਂ ਤੋਂ ਇਹਦਾ ਜਿਹੜਾ ਕਹਿ ਲੋ ਕਿ ਸਿੱਟਾ ਇਹ ਕੱਢਣਾ ਚਾਹੀਦਾ ਕਿ ਹੁਣ ਸਾਨੂੰ ਹੋਰ ਜ਼ਿਆਦਾ ਸਤਰਕ ਰਹਿਣ ਦੀ ਲੋੜ ਆ। ਉਹਨਾਂ ਨੇ ਕਿਹਾ ਸੋਸ਼ਲ ਬੱਬਲਸ ਮਸਟ ਰਿਮੇਨ ਸਮਾਲ। ਯੈਸ। ਜਿਹੜੀ ਹੁਣ ਪ੍ਰੀਕੌਸ਼ਨਸ ਹੈਗੀਆਂ ਮਾਸਕ ਪੈਣਾ ਪਲੈਕਸੀ ਗਲਾਸ ਤੇ ਇਹ ਜਿਹੜੇ ਹੋਰ ਪੈਰਾਮੀਟਰਸ ਨੇ ਇਹਨਾਂ ਦੀ ਜਿਹੜੀ ਪਾਲਣਾ ਇਹਨੂੰ ਹੋਰ ਹੁਣ ਅਸੀਂ ਸਤਰਕ ਹੋ ਕੇ ਕਰੀਏ ਤਾਂ ਕਿ ਕਿਉਂਕਿ ਸੋਸ਼ਲ ਇੰਟਰੈਕਸ਼ਨ ਤਾਂ ਵਧਣੀ ਹੈ ਸੋਸ਼ਲ ਇੰਟਰੈਕਸ਼ਨ ਦੇਖੋ ਆਲਰੇਡੀ ਵੱਧਦੀ ਪਈ ਹੈ ਉਹਦੇ ਵਿੱਚ ਹੀ ਇੱਕ ਗੱਲ ਇਹ ਵੀ ਆਈ ਕਿ ਜਿਹੜਾ ਮੋਬਿਲਿਟੀ ਪੈਟਰਨਸ ਨੇ ਨਾ ਜੇ ਤੁਸੀਂ ਲੋਕਾਂ ਦੇ smartphones ਡਾਟਾ ਦੇ ਆਧਾਰ ਤੇ ਜਿਹੜਾ ਇੱਕ ਐਗਰੀਗੇਟ ਡਾਟਾ ਹੁੰਦਾ ਕਿ ਕਿਹੜਾ ਕਿੱਥੇ ਕਿੱਥੇ ਲੋਕੀ ਜਾ ਰਹੇ ਨੇ ਹੁਣ ਕਹਿੰਦੇ ਵੀ ਇਹਦੇ ਵਿੱਚ BC ਦੇ ਲੋਕ ਘਰਾਂ ਦੇ ਵਿੱਚ ਹੁਣ ਘੱਟ ਟਾਈਮ ਬਤੀਤ ਕਰ ਰਹੇ ਨੇ ਐਜ਼ ਕੰਪੇਅਰ ਟੂ ਮਾਰਚ ਐਂਡ ਅਪ੍ਰੈਲ ਕੰਮ ਤੇ ਰੀਟੇਲ ਸਪੇਸਿਸ ਦੇ ਵਿੱਚ ਰੀਕ੍ਰੀਏਸ਼ਨਲ ਸਪੇਸਿਸ ਦੇ ਵਿੱਚ ਲੋਕਾਂ ਦੀ ਹੁਣ ਗਿਣਤੀ ਵਧੀ ਆ ਪਰ ਜੇ ਨਾਰਮਲ ਦੀ ਗਿਣਤੀ ਨਾਲੋਂ ਵੇਖੀਏ ਜੇ ਪ੍ਰੀ ਪੈਂਡੈਮਿਕ ਲੈਵਲ ਉਸ ਤੋਂ ਅਜੇ ਵੀ ਕਿਤੇ ਘਟਾ ਮੈਂ ਜਦੋਂ ਸਵੇਰੇ ਆਫਿਸ ਆਉਣਾ ਮੈਂ ਪਹਿਲਾਂ ਵੀ ਆਨਰ ਕੇਵਰ ਦੱਸਿਆ ਕਿ ਕੇਵਰ ਮੈਂ ਕਾਫੀ ਪਿਕ ਕਰ ਲਵਾਂ ਡਰਾਈਵ ਥਰੂ ਚ ਤੇ ਨਾਰਮਲੀ ਉਸ ਟਾਈਮ ਤੇ ਮੈਂ ਇਕੱਲਾ ਹੀ ਹੁੰਦਾ ਡਰਾਈਵ ਥਰੂ ਦੇ ਵਿੱਚ ਜਾਂ ਇੱਕ ਅੱਧੀ ਕੋਈ ਕਾਰ ਹੋਰ ਹੁੰਦੀ ਆ ਅੱਜ ਮੈਨੂੰ ਡਰਾਈਵ ਥਰੂ ਦੇ ਵਿੱਚ ਘੱਟੋ ਘੱਟ 8 ਤੋਂ just to get hmm. a cup of coffee drive through ਚ ਵੀ ਪਰਿਆ ਬਿਆ ਸੀ ਹਾਂ ਉੱਥੇ ਟ੍ਰੈਫਿਕ ਜੈਮ ਤਾਂ ਉੱਥੇ ਸੀ ਤੇ ਮੈਂ ਜਿਸ ਘੰਟੇ ਦੀ ਮੈਂ ਗੱਲ ਕਰ ਰਿਹਾ ਇਟਸ ਲਾਈਕ ਫੇਅਰਲੀ अर्ਲੀ ਇਨ ਦਾ ਮਾਰਨਿੰਗ ਹਾਂ 5 ਵਜੇ ਹਾਂ ਸੂਰਜ 5 ਵਜੇ ਕੇ 7 ਮਿੰਟ ਤੇ ਹੋ ਗਿਆ ਅੱਜ ਉਹ ਤਾਂ ਪਹਿਲਾਂ ਉੱਠ ਗਏ ਸੀ ਤੁਸੀਂ ਸੂਰਜ ਤਾਂ ਨਹੀਂ ਚੜਿਆ ਚੰਨ ਚੜ ਗਿਆ ਟ੍ਰੈਫਿਕ ਦੇ ਵਿੱਚ ਵਾਦਾ ਤੇ ਵਾਸੂ ਇਟਸ ਐਵਿਡੈਂਟ ਉਹ ਸਵੇਰੇ ਜਦੋਂ ਮੈਂ ਵੀ ਆ ਰਿਹਾ ਹੁੰਨਾ ਆਈ ਆਈ ਨੋਟਿਸ ਦੈਟ ਟੂ ਕਿ 올 ਅਲੋਂਗ ਹੁਣ ਰੈਡ ਲਾਈਟ ਤੇ ਉੱਪਰ ਜ਼ਿਆਦਾ ਧੇਰ ਖੜਨਾ ਪੈਂਦਾ ਤੇ ਯੂ ਆਰ ਨਾਟ ਦ ਫਰਸਟ ਵਨ ਇਵਨ ਜਦੋਂ ਮੈਂ ਵੀ ਸਵੇਰਿਆ ਨਾ ਹੁੰਨਾ ਇਟਸ ਫੇਰਲੀ ਅਰਲੀ ਇਨ ਦ ਮਾਰਨਿੰਗ ਉਦੋਂ ਇਹ ਪਹਿਲਾਂ ਕੀ ਹੁੰਦਾ ਸੀ ਕਿ ਰੈਡ ਲਾਈਟ ਹੋਈ ਕਈ ਵਾਰ ਤਾਂ ਸੜਕ ਤੇ ਦੂਰ ਦੂਰ ਤੱਕ ਆਈ ਐਮ ਦ ਓਨਲੀ ਵਨ ਸਿਰਫ ਮੇਰੀ ਗੱਡੀ ਆ ਤੇ ਸਭ ਤੋਂ ਪਹਿਲਾਂ ਰੈਡ ਲਾਈਟ ਤੇ ਆ ਕੇ ਤੁਸੀਂ ਖੜੇ ਹੁੰਨੇ ਹੋ ਹੁਣ ਜਦੋਂ ਬੱਤੀ ਲਾਲ ਹੁੰਦੀ ਹੈ ਤਾਂ ਤੁਸੀਂ ਚੌਥੇ ਪੰਜਵੇਂ ਨੰਬਰ ਤੇ ਹੁੰਨੇ ਹੋ ਪਿੱਛੇ ਐਂਡ ਦੈਟਸ ਐਟ ਅਬਾਊਟ ਲਾਈਕ 5:15 ਇਨ 5:20 ਇਨ ਦ ਮਾਰਨਿੰਗ ਯੈਸ ਦੈਟਸ ਰਾਈਟ ਸੋ ਗੱਲ ਇਹ ਹੀ ਹੈ ਮੁਕਦੀ ਕਿ ਸੋਸ਼ ਤੇ ਹੁਣ ਹੋਰ ਜ਼ਿਆਦਾ ਸਤਰਕ ਰਹਿਣ ਦੀ ਲੋੜ ਆ ਜੀ ਅੱਛਾ ਕੱਲ ਇੱਕ ਹੋਰ ਗੱਲ ਵੀ ਕੀਤੀ ਕਹਿੰਦੇ ਹੁਣ ਜਿਹੜੇ ਵੇਸਟ ਵਾਟਰ ਟ੍ਰੀਟਮੈਂਟ ਪਲੈਂਟਸ ਨੇ ਉਹ ਹੁਣ ਪਾਣੀ ਦੀ ਵੀ ਟੈਸਟਿੰਗ ਕਰ ਰਹੇ ਨੇ ਵੈਂਕੂਵਰ ਤੇ ਸਰੀ ਦੇ ਕੁਝ ਜਿਹੜੇ ਫੈਸਿਲਿਟੀਆਂ ਨੇ ਉੱਥੇ ਟੂ ਸੀ ਕਿਉਂਕਿ ਕਹਿੰਦੇ ਜਿਹੜਾ ਹਿਊਮਨ ਵੇਸਟ ਆ ਉਹਦੇ ਵਿੱਚ ਵੀ ਵਾਇਰਸ ਟ੍ਰਾਂਸਮਿਟ ਹੋ ਸਕਦਾ ਇਹੋ ਜਿਹੀਆਂ ਸਟੱਡੀਜ਼ ਨਦਰਲੈਂਡਸ ਦੇ ਵਿੱਚ ਇਟਲੀ ਦੇ ਵਿੱਚ ਆਲਰੇਡੀ ਉਹ ਟੈਸਟਿੰਗ ਐਸਡੀ ਕਰ ਚੁੱਕੇ ਨੇ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਹੋਈਆਂ ਨੇ ਕਹਿੰਦੇ ਉਹਦੇ ਵਿੱਚ ਅਜੇ ਤੱਕ ਜਿਹੜੇ ਟੈਸਟ ਕੀਤੇ ਗਏ ਨੇ ਉਹਦੇ ਵਿੱਚ ਕੋਈ ਕੋਵਿਡ ਦੇ ਪਰ ਇੱਕੰਨੇ ਇੱਕ ਉਹ ਵੀ ਤਰੀਕਾ ਹੈ ਇਸ ਬਾਰੇ ਪਤਾ ਲਗਾਉਣ ਦਾ ਕਿ ਕਿਤੇ ਕਮਿਊਨਿਟੀ ਦੇ ਵਿੱਚ ਵਾਇਰਸ ਸਪਰੈਡ ਤੇ ਨਹੀਂ ਹੋ ਰਿਹਾ